ਬਠਿੰਡਾ ਦੇ ਵਿੱਚ ਪੁਲਿਸ ਵੱਲੋਂ ਇੱਕ ਅਜਿਹੇ ਬਾਰ 'ਤੇ ਰੇਡ ਮਾਰੀ ਗਈ ਜਿੱਥੇ ਬਾਰ ਵੱਲੋਂ ਬੱਚਿਆਂ ਨੂੰ ਸ਼ਰਾਬ ਪਿਆਈ ਜਾ ਰਹੀ ਸੀ। ਪੁਲਿਸ ਦੇ ਵੱਲੋਂ ਇੱਥੋਂ ਕੁਝ ਬੱਚਿਆਂ ਨੂੰ ਵੀ ਬਰਾਮਦ ਕੀਤਾ ਗਿਆ ਹੈ, ਜਿਨ੍ਹਾਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਫਿਲਹਾਲ ਪੁਲਿਸ ਦੇ ਵੱਲੋਂ ਬੱਚਿਆਂ ਦੇ ਆਧਾਰ ਕਾਰਡ ਮੰਗਵਾਏ ਗਏ ਹਨ ਅਤੇ ਜੇਕਰ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਪਾਈ ਜਾਂਦੀ ਹੈ ਤਾਂ ਬਾਰ ਮਾਲਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੇ ਵੱਲੋਂ ਇੱਥੋਂ ਕੁਝ ਬੋਤਲਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਮਾਈਨਰ ਬੱਚਿਆਂ ਨੂੰ ਸ਼ਰਾਬ ਪਿਲਾਈ ਜਾ ਰਹੀ ਰੈਸਟੋਰੈਂਟ ਦੇ ਵਿੱਚ, ਅਸੀਂ ਰੇਡ ਕੀਤਾ, ਸਾਡੇ ਨਾਲ ਇੰਸਪੈਕਟਰ ਐਕਸਾਈਜ਼ ਵੀ ਹੈਗੇ, ਉਹ ਕਾਊਂਟ ਕਰ ਰਹੇ ਆ, ਸਾਰਾ ਰਿਕਾਰਡ ਚੈੱਕ ਕਰ ਰਹੇ ਆ, ਉਹਨਾਂ ਦਾ ਸਟੋਕ ਰਜਿਸਟਰ, ਪਰਮਿਟ, ਬਿੱਲ, ਜਿੰਨੀ ਵੀ ਸ਼ਰਾਬ ਇੱਥੇ ਪਈ ਹੈ, ਜੇ ਉਸ ਪਰਮਿਟ ਅਤੇ ਬਿੱਲ ਤੋਂ ਐਕਸੈਸ ਸ਼ਰਾਬ ਮਿਲਦੀ ਹੈ ਉਹ ਅਲੱਗ ਕਾਰਵਾਈ ਹੋਊਗੀ। ਜਿਹੜੀ ਇਹਨਾਂ ਨੇ ਮਾਈਨਰ ਬੱਚਿਆਂ ਨੂੰ ਸ਼ਰਾਬ ਪਿਆਈ ਆ ਉਹਨਾਂ ਦਾ ਮੈਡੀਕਲ ਕਰਵਾ ਰਹੇ ਹਾਂ ਅਸੀਂ। ਮੈਡੀਕਲ ਦੇ ਵਿੱਚ ਸ਼ਰਾਬ ਆਉਣ 'ਤੇ ਇਹਨਾਂ ਦੇ ਖਿਲਾਫ਼ ਐਕਸਾਈਜ਼ ਐਕਟ ਦੇ ਵਿੱਚ ਕਾਰਵਾਈ ਕੀਤੀ। ਹਜੇ ਉਹਨਾਂ ਨੂੰ ਲੈ ਕੇ ਗਏ ਹਾਂ, ਉਹ ਆਪਦਾ ਏਜ ਪਰੂਫ ਉਹਨਾਂ ਦੇ ਮੰਗੇ ਅਸੀਂ, ਏਜ ਪਰੂਫ ਆ ਰਿਹਾ। ਏਜ ਪਰੂਫ ਦੇ ਹਿਸਾਬ ਨਾਲ ਹੀ ਮੈਂ ਵੇਖ ਕੇ ਦੱਸਦਾ ਕਿੰਨੇ ਆ, ਇੱਕ ਲੜਕੀ ਤਾਂ ਹੈਗੀ।